ਕੈਨੇਡਾ ਦੇ ਬ੍ਰੈਮਟਨ ਦੇ ਵਿੱਚ ਇਸ ਸਮੇਂ ਭਾਰਤੀ ਵਿਦਿਆਰਥੀ ਤਰਨਿੰਦੀ ਉੱਪਰ ਬੈਠੇ ਹੋਏ ਨੇ ਕਿਉਂਕਿ ਪਿਛਲੇ ਸਮੇਂ ਦੌਰਾਨ ਸਰਕਾਰ ਦੇ ਵੱਲੋਂ ਇਹਨਾਂ ਵਿਦਿਆਰਥੀਆਂ ਨੂੰ ਰਿਪੋਰਟ ਕਰਨ ਦੀ ਗੱਲ ਆਖੀ ਗਈ ਸੀ ਪਰ ਜਦੋਂ ਇਹ ਮਸਲਾ ਹਾਈ ਲੈਵਲ ਤੇ ਪਹੁੰਚ ਗਿਆ ਤਾਂ ਹੁਣ ਰੂਡੋ ਸਰਕਾਰ ਦੇ ਵੱਲੋਂ ਵੀ ਕਿਹਾ ਗਿਆ ਕਿ ਕਿਸੇ ਵੀ ਬੱਚੇ ਦੇ ਨਾਲ ਤਕਾ ਨਹੀਂ ਹੋਵੇਗਾ ਉਹਨਾਂ ਦਾ ਵੀ ਪੱਖ ਜਿਹੜਾ ਉਹ ਸੁਣਿਆ ਜਾਵੇਗਾ ਪਰ ਬੱਚੇ ਜਿਹੜੇ ਤਰਨੇ ਦੇ ਉੱਪਰ ਬੈਠੇ ਹੋਏ ਨੇ ਉਹ ਕਹਿੰਦੇ ਨੇ ਕਿ ਸਾਡਾ ਕੋਈ ਕਸੂਰ ਨਹੀਂ ਹੈਗਾ ਜੋ ਵੀ ਝਾਲ ਸਾਜੀ ਹੋਈ ਹੈ ਉਹ ਏਜੰਟ ਦੇ ਵੱਲੋਂ ਕੀਤੀ ਗਈ ਹੈ ਏਜੰਟ ਦੀ ਉੱਪਰ ਕਾਰਵਾਈ ਕੀਤੀ ਗਈ ਹੈ ਸਾਡੇ ਭੁੱਖ ਦੇ ਨਾਲ ਖੇਲਵਾੜ ਨਾ ਕੀਤਾ ਜਾਵੇ ਇਸ ਸਮੇਂ ਜਿਹੜੇ ਉੱਥੇ ਬੱਚੇ ਬੈਠੇ ਨੇ ਉਹਨਾਂ ਦੇ ਵਿੱਚੋਂ ਇੱਕ ਬੱਚੀ ਦੇ ਫੈਮਲੀ ਸਾਡੇ ਨਾਲ ਮੌਜੂਦ ਹੈਗੀ ਹੈ ਨਵਜੋਤ ਕੌਰ ਸਿੱਧੂ ਸਾਡੇ ਨਾਲ ਮੌਜੂਦ ਹੈਗੇ ਨੇ ਇਹਨਾਂ ਦੇ ਭਤੀਜੀ ਹੈਗੇ ਨੇ ਜਿਹੜੇ ਉੱਥੇ ਇਸ ਸਮੇਂ ਕੈਨੇਡਾ ਦੇ ਵਿੱਚ ਪ੍ਰੋਟੈਸਟ ਤੇ ਬੈਠੇ ਨੇ ਕਿਉਂਕਿ ਆਪਣੇ ਫਿਊਚਰ ਦੀ ਹੋ ਗੱਲ ਕਰ ਰਹੇ ਨੇ ਤਾਂ ਸਾਰਾ ਮਸਲਾ ਜਾਣਦੇ ਆ ਕਿ ਕਿਵੇਂ ਇਹਨਾਂ ਨੇ ਫਾਈਲ ਲਾਈ ਸੀ ਕਿੱਥੇ ਆ ਕੇ ਜਿਹੜਾ ਇਹ ਸਾਰਾ ੜਿਕਾ ਪਿਆ ਤਾਂ ਸਾਰੀ ਗੱਲਬਾਤ ਕਰਦੇ ਆ ਮੈਮ ਸਭ ਤੋਂ ਪਹਿਲਾਂ ਧੰਨਵਾਦ ਸਮਾਂ ਦੇਣ ਲਈ ਅੱਛਾ ਇਹ ਸ਼ੁਰੂ ਤੋਂ ਹੀ ਮੈਂ ਜਾਨਣਾ ਚਾਹੁੰਨਾ ਕਿ ਕਦੋਂ ਤੋਂ ਗਏ ਸੀਗੇ ਤੁਹਾਡੇ ਪਤੀ ਜੀ ਕਿਹਨਾਂ ਦੇ ਕੋਲੋਂ ਫਾਈਲ ਲਾਈ ਸੀਗੀ ਤੇ ਕਦੋਂ ਇਹ ਸਾਰੀ ਚੀਜ਼ ਦਾ ਤੁਹਾਨੂੰ ਪਤਾ ਲੱਗਾ ਇਸ ਤਰ੍ਹਾਂ ਕਿ 2016 ਵਿੱਚ ਮੇਰੀ ਬੇਟੀ ਨੇ ਹਾਈਲਾਈਟਸ ਕਲੀਅਰ ਕੀਤੀ ਸੀ ਨੌ ਬੈਂਡ ਦਾ ਤੇ 2016 ਦੇ 2 ਸਤੰਬਰ ਨੂੰ ਬੱਚੀ ਗਈ ਹੈ ਤੇ ਜੂਨ ਦੇ ਵਿੱਚ ਉਹਦਾ ਹਾਈਲਾਈਟਸ ਕਲੀਅਰ ਹੋਇਆ ਸੀ ਫਿਰ ਅਸੀਂ ਬਰਜੇਸ਼ ਮਿਸ਼ਰਾ ਕੋਲੋਂ ਮੇਰੇ ਬ੍ਰਦਰ ਨੇ ਜਾ ਕੇ ਫਾਈਲ ਲਗਵਾਈ ਸੀ ਤੇ ਬੱਚੀ ਨੇ ਨਾਨ ਮੈਡੀਕਲ ਨਾਲ ਪਲੱਸ 2 ਕੀਤੀ ਹੈ ਪਲੱਸ 2 ਦਾ ਸਰਟੀਫਿਕੇਟ ਪਾਸਪੋਰਟ ਪਲੱਸ ਦਾ ਹਾਈਲਾਈਟਸ ਦਾ ਰਿਜ਼ਲਟ ਤੇ ਬਾਕੀ ਜੋ ਵੀ ਡਾਕੂਮੈਂਟਸ ਇਹਨਾਂ ਨੇ ਮੰਗੇ ਤੇ ਇਹਨਾਂ ਨੇ 25000 ਰੁਪਏ ਕੰਸਲਟੇਸ਼ਨ ਫੀਸ ਸੀ ਅਸੀਂ ਉਹ ਪੇ ਕੀਤੀ ਤੇ ਇਹਨਾਂ ਨੇ ਸਾਨੂੰ ਦੱਸਿਆ ਸੀ ਵੀ ਐਸ ਕਾਲਜ ਤੁਸੀਂ ਦੱਸੋ ਕਿਹੜੇ ਕਾਲਜ ਪੜ੍ਹਨਾ ਚਾਹੁੰਦੇ ਹੋ ਤੇ ਬੱਚੀ ਨੇ ਸ਼ੈਰੀਡਨ ਕਾਲਜ ਇਹਨਾਂ ਨੂੰ ਕਿਹਾ ਸੀ ਵੇਸੀ ਪੜ੍ਹਨਾ ਤੇ ਇਹਨਾਂ ਨੇ ਸ਼ੈਰੀਡਨ ਕਾਲਜ ਦੀ ਆਫਰ ਲੈਟਰ ਮਗਵਾਈ ਬੱਚੇ ਨੂੰ ਦੱਸਿਆ ਤੇ ਉਹ ਸ਼ੈਰੀਟਨ ਕਾਲਜ ਦੀ ਸਾਡੇ ਕੋਲ 9 ਲੱਖ 12800 ਰੁਪਿਆ ਫੀਸ ਇਹਨਾਂ ਨੇ ਦੱਸੀ ਸੀ ਕਿ ਬੰਦੀ ਆ ਟੋਟਲ ਤੇ ਉਦੋਂ ਵਿੱਚੋਂ ਇਹਨਾਂ ਨੇ ਸਾਨੂੰ 7 ਲੱਖ ਪਹਿਲਾਂ ਦੇਣ ਲਈ ਕਿਹਾ ਤੇ 7 ਲੱਖ ਅਸੀਂ ਪੇ ਕਰਤਾ ਬਾਕੀ ਅਸੀਂ ਨਹੀਂ ਦਿੱਤਾ 2 ਲੱਖ 12800 ਰੁਪਿਆ ਸਾਡਾ ਡਿਊ ਸੀ ਜਿਹੜਾ 7 ਲੱਖ ਪੇ ਕੀਤਾ ਤੇ ਚਲੋ ਬੱਚੀ ਦੀ ਫਾਈਲ ਲਗਾਈ ਬੱਚੀ ਦਾ ਵੀਜ਼ਾ ਆ ਗਿਆ ਤੇ ਬੱਚੀ 2 ਸਤੰਬਰ 2016 ਨੂੰ ਕੈਨੇਡਾ ਚਲੀ ਗਈ ਤੇ ਹੋਇਆ ਇਹ ਕਿ ਜਦੋਂ ਬੱਚੀ ਗਈ ਕੁਝ ਦਿਨ ਚਾਰ ਦਿਨਾਂ ਬਾਅਦ ਉਹਨੇ ਜਾ ਕੇ ਕਿਹਾ ਕਿ ਮੈਂ ਕਾਲਜੇ ਪੜਨ ਜਾਣਾ ਤੇ ਪਤਾ ਕੀਤਾ ਤੇ ਉਹਨੂੰ ਉੱਥੇ ਪਤਾ ਲੱਗਿਆ ਕਿ ਉਹਦਾ ਸ਼ੈਰੀਡਨ ਕਾਲਜ 'ਚ ਐਡਮਿਸ਼ਨ ਨਹੀਂ ਹੋਈ। ਉਹਦਾ ਨਾਮ ਨਹੀਂ ਆ ਲਿਸਟ ਵਿੱਚ। ਤੇ ਉਹਨੇ ਆਪਣੇ ਪਾਪਾ ਨੂੰ ਫੋਨ ਕੀਤਾ ਕਿ ਪਾਪਾ ਮੇਰਾ ਨਾਮ ਨਹੀਂ ਆ ਲਿਸਟ 'ਚ ਤੇ ਮੈਂ ਕਿੱਥੇ ਪੜਨਾ ਹੈ? ਤੇ ਇਧਰ ਮੇਰੇ ਬ੍ਰਦਰ ਨੇ ਗੱਲ ਕੀਤੀ ਬ੍ਰਿਜੇਸ਼ ਮਿਸ਼ਰਾ ਨਾਲ। ਇਹ ਬ੍ਰਿਜੇਸ਼ ਮਿਸ਼ਰਾ ਤੇ ਰਾਹੁਲ ਭਾਰਗਵ ਦੋਨੋਂ ਪਾਰਟਨਰ ਹੈਗੇ ਨੇ। ਇਹਨਾਂ ਦੀ ਇੱਕ EMSA ਦੇ ਨਾਮ ਤੇ ਟਰੈਵਲ ਏਜੰਸੀ ਆ ਬਸ ਸਟੈਂਡ ਸਲੰਦਰ ਦੇ ਆਸ-ਪਾਸ ਕਿਤੇ। ਤੇ ਬ੍ਰਦਰ ਨੇ ਜਾ ਕੇ ਇਹਨਾਂ ਨੂੰ ਪੁੱਛਿਆ ਕਿ ਮਿਸ਼ਰਾ ਸਾਹਿਬ ਉਹ ਬੇਟੀ ਦੀ ਐਡਮਿਸ਼ਨ ਨਹੀਂ ਹੋਈ ਸ਼ੈਰੀਡਨ ਕਾਲਜ 'ਚ। ਇਹ ਬੱਚੀ ਨੇ ਪੜਨ ਕਿੱਥੇ ਜਾਣਾ ਉਹਦਾ ਲਿਸਟ 'ਚ ਨਾਮ ਨਹੀਂ ਆ ਤੇ ਇਹਨਾਂ ਨੇ ਕਿਹਾ ਕਿ ਉਹਦੀ ਐਡਮਿਸ਼ਨ 'ਚ ਕੋਈ ਇਸ਼ੂ ਚੱਲ ਰਿਹਾ ਸਾਨੂੰ ਮੈਨੂੰ ਟਾਈਮ ਦੋ ਥੋੜਾ ਜਿਹਾ 10-12 ਦਿਨ ਵੇਟ ਕਰੋ ਜਦੋਂ ਮੈਂ ਫੋਨ ਕਰਾਂ ਉਹ ਫੇਰ ਜਾਵੇ ਕਾਲਜ ਤੇ ਉਹਨੇ ਬੱਚੀ ਨਾਲ ਵੀ ਫੋਨ ਤੇ ਗੱਲ ਕੀਤੀ 10-12 ਦਿਨ ਬੱਚੇ ਨੇ ਵੇਟ ਕੀਤੀ 10-12 ਦਿਨ ਤੋਂ ਬਾਅਦ ਫੇਰ ਮਿਸ਼ਰੇ ਨੇ ਕੋਈ ਹੱਥ ਪੱਲਾ ਨਹੀਂ ਫੜਾਇਆ ਕਿ ਕਿੱਧਰ ਜਾਣਾ ਤੇ ਬੱਚੇ ਨੇ ਫੇਰ ਪੁੱਛਿਆ ਆਪਣੇ ਪਾਪਾ ਨੂੰ ਕਿ ਪਾਪਾ 10-12 ਦਿਨ ਹੋ ਗਏ ਹੁਣ ਪੁੱਛੋ ਫਿਰ ਅਸੀਂ ਦੁਬਾਰਾ ਇਹਨਾਂ ਕੋਲ ਪੁੱਛਿਆ ਤੇ ਇਹ ਕਹਿੰਦੇ ਕਿ ਉਹਦੀ ਐਡਮਿਸ਼ਨ ਦੇ ਵਿੱਚ ਨਾ ਕੋਈ ਇਸ਼ੂ ਚੱਲਦਾ ਪਿਆ ਤੇ ਲੱਗਦਾ ਹੈ ਉਹਦੀ ਐਡਮਿਸ਼ਨ ਕੈਨਸਲ ਹੋ ਗਈ ਹੈ ਤੇ ਆਪਾਂ ਨੂੰ ਕੋਈ ਹੋਰ ਕਾਲਜ ਲੱਭਣਾ ਪੈਣਾ ਤੇ ਇਦਾਂ ਕਰਦਿਆਂ ਕਰਦਿਆਂ 10-15 ਦਿਨ ਹੋਰ ਨਿਕਲੇ ਜਦ ਤੱਕ ਲਗਭਗ ਮਹੀਨਾ ਡੇਢ ਮਹੀਨਾ ਸਾਨੂੰ ਲੱਗਿਆ ਤੇ ਇਹਨਾਂ ਨੇ ਸਾਨੂੰ ਕੁਝ ਨਹੀਂ ਦੱਸਿਆ ਫਿਰ ਫਾਈਨਲੀ ਇਹਨਾਂ ਨੇ ਕਿਹਾ ਕਿ ਤੁਸੀਂ ਬੱਚੇ ਨੂੰ ਕਿਸੇ ਹੋਰ ਕਾਲਜ ਐਡਮਿਸ਼ਨ ਕਰਵਾਓ ਬੱਚੇ ਦੀ ਪੜ੍ਹਾਈ ਨਾ ਖਰਾਬ ਹੋਵੇ ਤੇ ਇਸ ਕਾਲਜ ਨੇ ਇਹਦੀ ਐਡਮਿਸ਼ਨ ਕੈਨਸਲ ਕਰ ਦਿੱਤੀ ਤੇ 브్రਦਰ ਨੇ ਇਹਨਾਂ ਨੂੰ ਕਿਹਾ ਕਿ ਐਡਮਿਸ਼ਨ ਕੈਨਸਲ ਹੋ ਗਈ ਇਹ ਕਿਦਾਂ ਤੇ ਫਿਰ ਜਿਹੜੀ ਮੈਂ ਫੀਸ ਪੇ ਕੀਤੀ ਉਹਦਾ ਕੀ ਬਣਿਆ ਤੇ ਕਹਿੰਦੇ ਕਿ ਤੁਸੀਂ 7 ਲੱਖ ਪੇ ਕੀਤਾ ਸੀ ਓਵਰ ਫੰਡੇਬਲ ਹੁੰਦੀ ਆ ਫੀਸ ਸਾਨੂੰ ਰਿਫੰਡ ਹੋ ਜਾਏਗੀ ਅੱਛਾ ਤੇ 브్రਦਰ ਨੇ ਕਿਹਾ ਚਲੋ ਠੀਕ ਆ ਓਕੇ ਇੰਦਾ 10-15 ਦਿਨ ਬਾਅਦ ਫਿਰ ਪਤਾ ਕੀਤਾ ਫਿਰ ਪਤਾ ਕੀਤਾ ਐ ਕਰ ਕਰਾ ਕੇ ਬੱਚੀ ਦਾ ਇੱਕ ਸਮੈਸਟਰ ਵੇਸਟ ਗਿਆ 6 ਮਹੀਨੇ ਬੱਚੀ ਨੇ ਕੋਈ ਪੜ੍ਹਾਈ ਨਹੀਂ ਕੀਤੀ ਤੇ ਉਹਦਾ ਇੱਕ ਸਮੈਸਟਰ ਖਰਾਬ ਹੋਣ ਤੋਂ ਬਾਅਦ ਸਾਡੇ ਕੋਈ ਫੈਮਿਲੀ ਫਰੈਂਡ ਸੀਗੇ ਕੈਨੇਡਾ 'ਚ ਅਸੀਂ ਉਹਨਾਂ ਨੂੰ ਕਿਹਾ ਤੇ ਉਹਨੇ ਕਿਸੇ ਹੋਰ ਕਾਲਜ 'ਦੀ ਐਡਮਿਸ਼ਨ ਕਰਵਾਤੀ ਤੇ ਉੱਥੇ ਐਡਮਿਸ਼ਨ ਕਰਾਉਣ ਲਈ ਸਾਨੂੰ 13 ਲੱਖ ਰੁਪਇਆ ਨਵੇਂ ਸਿਰੇ ਤੋਂ ਭਰਨਾ ਪਿਆ ਜਿਹੜਾ 7 ਲੱਖ ਪਹਿਲਾਂ ਦਿੱਤਾ ਸੀਗਾ ਉਹ ਜਿਹੜਾ 7 ਲੱਖ ਇਹਨਾਂ ਨੇ ਪਹਿਲਾਂ ਕੀਤਾ ਇਹਨਾਂ ਨੇ ਸਾਨੂੰ ਥੋੜੀ देर ਬਾਅਦ ਦੱਸਿਆ ਕਿ ਉਹਦਾ 6 ਲੱਖ ਸਾਨੂੰ ਰਿਫੰਡ ਹੋ ਗਿਆ ਉਹ ਤੁਹਾਡਾ 6 ਲੱਖ ਸਾਡੇ ਕੋਲ ਆ ਅਸੀਂ ਦੇਣਦਾਰ ਆ ਤੁਸੀਂ ਸਾਡੇ ਕੋਲੋਂ ਉਹ ਪੈਸੇ ਲੈਣੇ ਆ ਤੇ ਕੁਝ ਦਿਨ ਵੇਟ ਕਰ ਲਓ ਫਿਰ 15 20 ਦਿਨ ਬਾਅਦ ਬ੍ਰਦਰ ਗਿਆ ਫਿਰ 15 20 ਦਿਨ ਬਾਅਦ ਗਿਆ ਫਿਰ ਇਹਨਾਂ ਨੇ ਫਾਈਨਲੀ ਇਹ ਕਹਿੰਦਾ ਕਿ ਪੈਸੇ ਐਕਚੁਅਲੀ ਮੈਂ ਵਰਤ ਬੈਠਾ ਵਾਂ ਮੇਰੇ ਕੋਲ ਲੱਗ ਗਏ ਆ ਤੇ ਮੈਂ ਤੁਹਾਨੂੰ ਦਊਂਗਾ ਤੇ ਕਿਉਂਕਿ ਉਸੇ ਮੇਰੇ ਬ੍ਰਦਰ ਦਾ ਇੱਕ ਛੋਟਾ ਬੇਟਾ ਵੀ ਆ ਜਿਹਨੇ ਹਾਈ ਲੈਟਸ ਕੀਤੀ ਹੋਈ ਆ ਤੇ ਉਹ ਵੀ ਕੈਨੇਡਾ ਗਿਆ ਹੋਇਆ ਤੇ ਇਹਨਾਂ ਨੇ ਕਿਹਾ ਕਿ ਤੁਸੀਂ ਬੇਟੇ ਦੀ ਫਾਈਲ ਲਗਵਾਨੀ ਆ ਆਪਾਂ ਉਹ ੱਚ ਐਡਜਸਟ ਕਰ ਲਾਂਗੇ 6 ਲੱਖ ਕਿ ਤੁਸੀਂ ਬੱਚੇ ਨੂੰ ਇਸ ਇਸ ਬੱਚੇ ਨੂੰ ਉਸ ਨੂੰ ਕਿਤੇ ਹੋਰ ਐਡਮਿਸ਼ਨ ਕਰਵਾ ਦੋ ਅਸੀਂ ਇਹਦੀ ਐਡਮਿਸ਼ਨ ਕਰਵਾਤੀ ਤੇ ਜਦੋਂ ਬੇਟੇ ਦਾ ਦੀ ਅਸੀਂ ਫਾਈਲ ਲਗਾਨੀ ਸੀ ਉਦੋਂ ਸਾਨੂੰ ਇਹ ਮਿਲਿਆ ਨਹੀਂ ਬੜੀ ਵਾਰੀ ਅਸੀਂ ਦੇ ਆਫਿਸ ਚੱਕਰ ਲਗਾਇਆ ਰਾਹੁਲ ਭਾਰਗਵ ਕਹਿੰਦੇ ਸੀ ਕਿ ਉਹ ਭਾਜੀ ਬਾਹਰ گئے ਹੋਏ ਆ ਕਿਸੇ ਕੰਮ ગયા ਆਉਂਦੇ ਫਿਰ ਆਉਂਦੇ ਆ ਤੇ ਫਿਰ ਤੇ ਇਦਾਂ ਕਰਕੇ ਅਸੀਂ ਲੇਟ ਹੁੰਦੇ ਸੀ ਫਿਰ ਅਸੀਂ ਕਿਸੇ ਨੂੰ ਬਾਹਰੋਂ ਕੰਮ ਕਰਵਾ ਕੇ ਤੇ ਬੇਟੇ ਦੀ ਫਾਈਲ ਲਗਵਾਤੀ ਭੇਜਤਾ ਇਹ ਬੇਟਾ ਵੀ ਬਾਹਰ ਆ अच्छा ये यानी कि जेड़ा ऑफर लेटर ਤਾਂ ਜਾਲੀ ਦਿੱਤੀ ਦਿੱਤੀ ਜਿਹੜੀ ਫੀਸ ਤੁਹਾਡੇ ਕੋਲ 7 ਲੱਖ ਲਈ ਉਹ ਫੀਸ ਜਿਹੜੀ ਆਪਣੇ ਕੋਲ ਰੱਖ ਲਈ ਉਹਨਾਂ ਨੇ 1 ਰੁਪਿਆ ਵੀ ਸਾਨੂੰ ਵਾਪਸ ਨਹੀਂ ਆਇਆ ਅੱਛਾ ਆ ਅੱਗੇ ਕਿਤੇ ਪੇ ਕੀਤੀ ਨਹੀਂ ਜੀ ਨਹੀਂ ਤੇ ਸਾਨੂੰ ਪਤਾ ਨਹੀਂ ਅੱਗੇ ਪੇ ਕੀਤੀ ਕਿ ਵਾਪਸ ਆਈ ਜਿਦਾ ਇਹਨਾਂ ਨੇ ਕਿਹਾ ਕਿ ਅਸੀਂ ਫੀਸ ਪੇ ਕੀਤੀ ਆ ਤੇ ਰਿਫੰਡ ਹੋਗੀ ਤੇ ਕਿਉਂਕਿ ਸਾਡੇ ਬੱਚੇ ਦਾ ਨਾਮ ਹੀ ਨਹੀਂ ਕਾਲਜ ਦੇ ਵਿੱਚ ਸਾਨੂੰ ਜੀ ਸਾਨੂੰ ਨਹੀਂ ਪਤਾ ਕਿ ਇਹਨਾਂ ਨੇ ਉੱਥੇ ਜਮ੍ਹਾਂ ਕਰਾਈ ਨਹੀਂ ਜਮ੍ਹਾਂ ਕਰਾਈ ਜੇ ਜਮ੍ਹਾਂ ਕਰਾਈ ਹੁੰਦੀ ਤਾਂ ਐਡਮਿਸ਼ਨ ਦਿੰਦਾ ਕਾਲਜ ਅੱਛਾ ਜੋ ਇਹ ਫਿਰ ਸਾਰਾ ਸਕੈਮ ਹੋਇਆ ਇਹਦਾ ਕਦੋਂ ਪਤਾ ਲੱਗਾ ਤੁਹਾਨੂੰ ਸਾਨੂੰ ਪਤਾ ਲੱਗਾ ਲਾਸਟ ਈਅਰ 2022 ਚਾਕੇ ਨਵੰਬਰ ਦੇ ਵਿੱਚ ਕਿਉਂਕਿ ਬੇਟੀ ਦੀ ਪੀਆਰ ਦੀ ਫਾਈਲ ਲੱਗੀ ਹੋਈ ਸੀ ਤੇ ਕੈਨੇਡਾ ਦੀ ਇੱਕ ਬਾਰਡਰ ਸਕਿਉਰਿਟੀ ਏਜੰਸੀ ਆ ਤੇ ਉਸ ਏਜੰਸੀ ਨੇ ਇਹਨੂੰ ਬੇਟੀ ਨੂੰ ਪੁੱਛਿਆ ਇੰਟਰਵਿਊ ਕੀਤਾ ਕਿ ਤੁਹਾਡੀ ਜਿਹੜੀ ਫਾਈਲ ਆ ਉਹ ਕੁਐਸਚਨੇਬਲ ਆ ਤੇ ਅਸੀਂ ਤੁਹਾਡਾ ਨਾਲ ਪੁੱਛਣਾ ਚਾਹੁੰਦੇ ਆ ਤੁਹਾਡੇ ਇੰਟਰਵਿਊ ਕਰਨਾ ਚਾਹੁੰਦੇ ਆ ਸੋ ਉਹਨਾਂ ਨੇ ਬੇਟੀ ਦੀ ਇੰਟਰਵਿਊ ਕੀਤੀ ਬੇਟੀ ਨੂੰ ਪੁੱਛਿਆ ਤੁਸੀਂ ਇੰਡੀਆ ਤੋਂ ਕਿੱਦਾਂ ਆਏ ਕਾਫੀ ਲੰਬੀ ਚੌੜੀ ਗੱਲਬਾਤ ਆ ਤੇ ਉਹਨਾਂ ਨੇ ਉਹਨੇ ਫਾਈਨਲੀ ਇੱਕ ਹੋਇਆ ਗੱਲ ਕਿ ਉਹਨਾਂ ਨੇ ਕਿਹਾ ਕਿ ਤੁਸੀਂ ਜਿੱਥੇ ਪੜਨ ਆਏ ਸੀ ਜਿਸ ਕਾਲਜ ਦੇ ਵਿੱਚ ਤੁਸੀਂ ਉਸ ਕਾਲਜ ਕਿਉਂ ਨਹੀਂ ਪੜੇ ਬਿੜਨੇ ਦੱਸਿਆ ਕਿ ਮੈਨੂੰ ਕਿਹਾ ਕਿਹਾ ਗਿਆ ਸੀ ਕਿ ਮੇਰੀ ਐਡਮਿਸ਼ਨ ਕੈਨਸਲ ਹੋ ਗਈ ਉੱਧਰ ਤੇ ਕਹਿੰਦੇ ਫਿਰ ਤੁਸੀਂ ਕਿਸੇ ਹੋਰ ਕਾਲਜ ਕਿੱਦਾਂ ਗਏ ਅੱਛਾ ਠੀਕ ਹੈ ਨੈਚੁਰਲੀ ਤੁਸੀਂ ਇੱਥੇ ਨਹੀਂ ਆਏ ਤਾਂ ਕਿਤੇ ਹੋਰ ਗਏ ਉਹਨੇ ਦੱਸਿਆ ਕਿ ਮੇਰੇ ਫੈਮਿਲੀ ਫਰੈਂਡ ਆ ਪਾਪਾ ਦੇ ਫਰੈਂਡ ਵੀ ਉਹਨਾਂ ਨੇ ਮੇਰੀ ਐਡਮਿਸ਼ਨ ਇਸ ਕਾਲਜ 'ਚ ਕਰਵਾਤੀ ਤੇ ਫਿਰ ਉਦੋਂ ਉਹਨਾਂ ਨੇ ਦੱਸਿਆ ਕਿ ਐਕਚੁਅਲੀ ਜਿਹੜੀ ਲੈਟਰ ਤੁਸੀਂ ਲੈ ਕੇ ਆਏ ਸੀ ਸ਼ੈਰੂਡਨ ਕਾਲਜ ਦੀ ਉਹ ਲੈਟਰ ਤੁਹਾਡੀ ਫੇਕ ਸੀ ਇਟ ਵਾਸ ਨਾਟ ਅ ਜੈਨੂਇਨ ਡਾਕੂਮੈਂਟ ਜੇ ਉਹ ਡਾਕੂਮੈਂਟ ਜੈਨੂਨ ਨਹੀਂ ਸੀ ਤੇ ਦਾ ਮਤਲਬ ਹੈ ਕਿ ਉਹ ਜੈਨੂਨ ਡਾਕੂਮੈਂਟ ਜੈਨੂਨ ਸੀ ਜਾਂ ਫੇਕ ਸੀ ਉਹ ਤਿਆਰ ਤਾਂ ਇਹਨਾਂ ਨੇ ਕਰਨਾ ਸੀ ਉਹ ਤਾਂ ਅਸੀਂ ਤਿਆਰ ਨਹੀਂ ਕੀਤਾ ਜਿਹੜੇ ਸਾਡੇ ਡਾਕੂਮੈਂਟਸ ਆ ਜਿੱਦਾਂ ਬੱਚੀ ਦਾ ਪਲੱਸ 2 ਦਾ ਰਿਜ਼ਲਟ ਆ ਪਲੱਸ ਸਾਡੇ 12th ਦਾ ਰਿਜ਼ਲਟ ਆ ਪਲੱਸ ਸਾਡੇ ਮੈਡੀਕਲ ਡਾਕੂਮੈਂਟਸ ਆ ਪਾਸਪੋਰਟ ਆ ਉਹਦੇ ਤੇ ਇੱਕ ਬਾਲ ਜੀ ਨੇ ਵੀ ਕਿਤੇ ਹੇਰ ਫੇਰ ਨਹੀਂ ਆ ਸਾਰੇ ਡਾਕੂਮੈਂਟ ਜੈਨੂਨ ਆ ਤੇ ਜਿਹੜੀ ਆਫਰ ਲੈਟਰ ਸੀ ਉਹ ਸਾਨੂੰ ਇਹਨਾਂ ਨੇ ਟਰੈਵਲ ਏਜੰਟ ਨੇ ਪ੍ਰੋਕਿਊਰ ਕਰਕੇ ਦਿੱਤੀ ਸੀ ਇਹ ਨਹੀਂ ਤਿਆਰ ਕੀਤੀ ਸੀ ਕਿਉਂਕਿ ਅਸੀਂ ਕੋਈ ਫਾਈਲ ਲਈ ਇਹਨਾਂ ਨੇ ਸਾਨੂੰ ਦੇਣੀ ਸੀ ਤੇ ਉਹ ਲੈਟਰ ਜਿਹੜੀ ਆ ਉਹ ਫੇਕ ਨਿਕਲੀ ਤੇ ਉੱਥੋਂ ਸਾਨੂੰ ਪਤਾ ਲੱਗਾ ਫਿਰ ਅਸੀਂ ਇਹਨਾਂ ਨੂੰ ਅਪਰੋਚ ਕੀਤਾ ਕਿ ਬਈ ਤੁਹਾਡੀ ਜਿਹੜੀ ਲੈਟਰ ਸੀ ਉਹ ਤਾਂ ਫੇਕ ਸੀਗੀ ਤੇ ਉਹਦਾ ਕੀ ਕਰਨਾ ਹੁਣ ਬੱਚੇ ਦੀ ਪੀਆਰ ਦੀ ਫਾਈਲ ਨਹੀਂ ਐਸੈਪਟ ਹੁੰਦੀ ਤੇ ਰਾਹੁਲ ਮਿਸ਼ਰਾ ਮਿਲੇ ਮੇਰੇ ਬ੍ਰਦਰ ਨੂੰ ਅੱਛਾ ਤੇ ਇਹਨਾਂ ਨੇ ਗੱਲ ਕੀਤੀ ਜਾ ਕੇ ਤੋਂ ਕਹਿੰਦੇ ਕਿ ਪਾਜੀ ਜਿਹੜੇ ਆ ਮਿਸ਼ਰਾ ਸਾਹਿਬ ਬ੍ਰਿਜੇਸ਼ ਮਿਸ਼ਰਾ ਉਹ ਕੈਨੇਡਾ ਚ ਹੀ ਗਏ ਹੋਏ ਆ ਤੇ ਉਹਨਾਂ ਨੇ ਉੱਥੇ ਫੈਡਰਲ ਕੋਰਟਸ ਤੁਹਾਡਾ ਕੇਸ ਲਗਾਇਆ ਹੋਇਆ ਤੇ ਉਹ ਕੇਸ ਜਦੋਂ ਉਹ ਸਾਡੀ ਹੱਕ ਚ ਹੋ ਜਾਣਾ ਤੁਸੀਂ ਨਹੀਂ ਆ ਤਿੰਨ ਚਾਰ ਬੱਚੇ ਹੋਰ ਵੀ ਆ ਤੇ ਜਦੋਂ ਉਹ ਕੇਸ ਸਾਡੀ ਫੇਵਰ ਚ ਹੋ ਜਾਂਦਾ ਹੈ ਤੇ ਉਹ ਤੁਹਾਨੂੰ ਅਸੀਂ ਆਰਡਰ ਦਵਾਂਗੇ ਤੁਹਾਡੀਆਂ ਫਾਈਲ ਜਿਹੜੀਆਂ ਆ ਸੈਪਟ ਹੋ ਜਾਣਗੀਆਂ ਪੀਆਰ ਦੇ ਆ ਕਿ ਅਸੀਂ ਐਫਰਟਸ ਕਰਦੇ ਪਏ ਆ ਆਪਣੇ ਲੈਵਲ ਤੇ ਤੇ ਅਸੀਂ ਫਿਰ ਵੇਟ ਕੀਤੀ ਚਲੋ ਠੀਕ ਆ ਇਹਨਾਂ ਨੇ ਆਫਰ ਲੈਟਰ ਮੰਗਵਾਈ ਆ ਜੇ ਉਹ ਜੈਨੂਇਨ ਆ ਤੇ ਨੈਚੁਰਲੀ ਇਹ ਸਾਬਤ ਕਰਨਗੇ ਤੇ ਜੇ ਫੇਕ ਆ ਤੇ ਇਹ ਆਪੇ ਦੇਖਣਗੇ ਸਾਡੀ ਤਾਂ ਕੋਈ ਸਿਰਦਰਦੀ ਨਹੀਂ ਆ ਤੇ ਇਹਨਾਂ ਨੇ ਫਿਰ ਸਾਨੂੰ 1-2 ਮਹੀਨੇ ਟਾਲਮਟੋਲ ਚ ਰੱਖਿਆ ਤੇ ਫਿਰ ਫਾਈਨਲੀ ਜਦੋਂ ਸਾਨੂੰ ਇਹਨਾਂ ਨੇ ਕਿਸੇ ਪਾਸੇ ਨਹੀਂ ਗੱਲ ਆਈ ਤੇ ਉੱਧਰ ਹੈ ਮੇਰੀ ਬੇਟੀ ਦਾ ਜਿਹੜਾ ਕੇਸ ਸੀਗਾ ਉਹ ਕੋਰਟ ਚਲਾ ਗਿਆ ਤੇ ਉਹਨਾਂ ਨੇ ਇਹਨੂੰ 15 ਫਰਵਰੀ ਦੀ ਤਾਰੀਖ ਸੀ ਤੇ ਉਹਨਾਂ ਨੇ ਕਹਿਤਾ ਕਿ ਤੁਹਾਡੀ ਲੈਟਰ ਜਿਹੜੀ ਆ ਆਫਰ ਲੈਟਰ ਉਹ ਫੇਕ ਸੀਗੀ ਤੁਸੀਂ ਫਰਾਡ ਕਰਕੇ ਕੈਨੇਡਾ ਚ ਆਏ ਹੋ ਤੇ ਅਸੀਂ ਤੁਹਾਨੂੰ ਪੀਆਰ ਅਸੈਪਟ ਨਹੀਂ ਕਰ ਸਕਦੇ ਕਿਉਂਕਿ ਤੁਸੀਂ ਤੁਹਾਡੇ ਫਰਾਡ ਲੈਂਡ ਐਕਟ ਨੂੰ ਅਸੀਂ ਅਸੈਪਟ ਨਹੀਂ ਕਰਾਂਗੇ ਤੇ ਸੋ ਯੂ ਵਿਲ ਬੀ ਡਿਪੋਰਟਡ ਟੂ ਇੰਡੀਆ ਤੇ ਉਹਨਾਂ ਨੇ ਸਾਨੂੰ ਫਾਈਨਲੀ ਆਰਡਰ ਨਹੀਂ ਕੀਤਾ ਫਾਈਲ ਸਾਡੀ ਅੰਡਰ ਕਨਸੀਡਰੇਸ਼ਨ ਆ ਬਟ ਅਲਿਗੇਸ਼ਨ ਸਾਡੇ ਤੇ ਇਹ ਆ ਕਿ ਅਸੀਂ ਲੈਟਰ ਜਿਹੜੀ ਆ ਫਰਾਡ ਕਰਕੇ ਪ੍ਰਕure ਕੀਤੀ ਆ ਜਾਂ ਫੇਕ ਲੈਟਰ ਦਿੱਤੀ ਆ ਤੇ ਉਤੋਂ ਬਾਅਦ ਬੱਚੀ ਨੇ ਸਾਡੇ ਨਾਲ ਗੱਲ ਕੀਤੀ ਅਸੀਂ ਇੱਥੇ ਕੰਪਲੇਂਟ ਕੀਤੀ ਕਿਉਂਕਿ ਸਾਨੂੰ ਪਤਾ ਲੋਕਲ ਸਾਡੇ ਆਫਿਸ ਹੈਗਾ ਅਸੀਂ ਇਹਨਾਂ ਨਾਲ ਗੱਲਬਾਤ ਕੀਤੀ ਕਈ ਵਾਰੀ ਸਾਨੂੰ ਇਹਨਾਂ ਨੇ ਕਿਸੇ ਪਾਸੇ ਗੱਲ ਨਹੀਂ ਲਾਈ ਤੇ ਸਾਨੂੰ ਐਕਚੁਅਲੀ ਇਹ ਲੱਗਿਆ ਕਿ ਹੁਣ ਇਹਨਾਂ ਨੇ ਕੁਝ ਨਹੀਂ ਕਰਨਾ ਫਿਰ ਅਸੀਂ ਪੁਲਿਸ ਨੂੰ ਕੰਪਲੇਂਟ ਕੀਤੀ ਮੇਰੇ ਬ੍ਰਦਰ ਨੇ ਮੈਂ ਕੰਪਲੇਂਟ ਬਣਾਈ ਉਹਨਾਂ ਨੇ ਫਾਈਲ ਕੀਤੀ ਤੇ ਉਹ ਕੰਪਲੇਂਟ ਤੇ ਪੁਲਿਸ ਡਿਵੀਜ਼ਨ ਨੰਬਰ 6 ਜਲੰਧਰ ਬਾਸਟੈਂਡ ਦਾ ਜਿਹੜਾ ਜੂਰੀਡਿਕਸ਼ਨ ਪੈਂਦਾ ਉਹਦੇ ਵਿੱਚ ਪਰਚਾ ਦਰਜ ਹੋ ਗਿਆ ਐਫ ਆਈ ਆਰ ਲਾਜ ਹੋ ਗਈ 55 ਨੰਬਰ ਤੇ ਉਸ ਐਫ ਆਈ ਆਰ ਦੇ ਵਿੱਚ ਬ੍ਰਿਜੇਸ਼ ਮਿਸ਼ਰਾ ਤੇ ਰਾਹੁਲ ਉਹਦਾ 파ਟਰਨਰ ਦੋਨੋਂ ਜਿਹੜੇ ਦੋਸ਼ੀ ਐ ਤੇ ਉਸ ਤੋਂ ਬਾਅਦ ਮੇਰਾ ਖਿਆਲ ਇੱਕ ਦੋ ਦਿਨ ਬਾਅਦ ਹੀ ਰਾਹੁਲ ਭਾਰਗਵ ਤਾਂ ਚੱਕਿਆ ਗਿਆ ਪੁਲਿਸ ਨੇ ਚੱਕ ਲਿਆ ਉਹਨੂੰ ਹਿਰਾਸਤ ਚ ਲੈ ਲਿਆ ਤੇ ਬ੍ਰਿਜੇਸ਼ ਮਿਸ਼ਰਾ ਮੈਨ ਮੇਰੇ ਹਿਸਾਬ ਨਾਲ ਅਜੇ ਤੱਕ ਆਊਟ ਆਫ ਰੀਚ ਆ ਹਾਂਜੀ ਉਹ ਨਹੀਂ ਬੱਚਾ ਜੇ ਤੁਸੀਂ ਪਰਚਾ ਤਾਂ ਇਹਨਾਂ ਤੇ ਕਰਵਾਤਾ ਹੁਣ ਬੱਚੇ ਉੱਥੇ ਧਰਨੇ ਦੇ ਉੱਪਰ ਬੈਠੇ ਹੋਏ ਨੇ ਕੀ ਦੱਸਦੇ ਨੇ ਕਿ ਉੱਥੇ ਸਥਿਤੀ ਕੀ ਹੈਗੀ ਆ ਕੀ ਗੱਲਬਾਤ ਅੱਗੇ ਚੱਲ ਰਹੀ ਹੈ ਸਰਕਾਰ ਦੇ ਨਾਲ ਦੇਖੋ ਜੀ ਪਰਚਾ ਕਰਵਾਤਾ ਅਸੀਂ ਕਿ ਇਹਨਾਂ ਦੀ ਜਿਹੜੀ ਆਫਰ ਲੈਟਰ ਫਰਾਡ ਸੀਗੀ ਵਾਂਸ ਕੋਈ ਪਰਸਨ ਕਮਿਟੇ ਕਰਦਾ ਕੋਈ ਕ੍ਰਾਈਮ ਤੇ ਅਸੀਂ ਉੱਤੇ ਐਫ ਆਈ ਆਰ ਲਾਉਂਚ ਕਰਵਾ ਦਿੰਨੇ ਹਾਂ ਤੇ ਹੋ ਸਕਦਾ ਚਲੋ ਉਹ ਬੰਦਾ ਇੱਕ ਅੰਦਰ ਆ ਦੂਜਾ ਬਾਹਰ ਆ ਫੜਿਆ ਜਾਊਗਾ ਨਹੀਂ ਫੜਿਆ ਜਾਊਗਾ ਕਿ ਇਸ ਚ ਲੁਗਾ ਪਨਿਸ਼ਮੈਂਟ ਮਿਲ ਜੂਗੀ ਬਟ ਵਟ ਐਬਾਊਟ ਆਰ ਫਿਊਚਰ ਸਾਡੇ ਬੱਚੇ ਦਾ ਫਿਊਚਰ ਕੀ ਆ ਅਸੀਂ ਅਸੀਂ ਕੀ ਕਰੀਏ ਜਿਹੜਾ ਸਾਡਾ ਬੱਚਾ ਉੱਥੇ ਬੈਠਾ ਉਹਦਾ ਸਾਡੇ ਕੋਲ ਕੀ ਹੱਲ ਆ ਉਹਦੀ ਪੀਆਰ ਦੀ ਫਾਈਲ ਅਸੈਪਟ ਨਹੀਂ ਹੁੰਦੀ ਜੇ ਤੇ ਬੱਚੇ ਨੇ 7 ਸਾਲ ਉੱਥੇ ਲਗਾਏ ਆ 2016 ਤੋਂ 23 ਤੱਕ 7 ਸਾਲ ਹੋ ਗਿਆ ਬੇਟੀ ਨੂੰ ਉੱਥੇ ਗਿਆ ਤੇ 7 ਸਾਲ ਬਾਅਦ ਸਾਡਾ ਫਿਊਚਰ ਜਿਹੜਾ ਆ ਉਹ ਹਨੇਰੇ ਚ ਸਾਨੂੰ ਨਹੀਂ ਪਤਾ ਸੀ ਕੀ ਕਰਨਾ ਜੇ ਉਹ ਬੱਚੇ ਨੂੰ ਰਿਪੋਰਟ ਕਰ ਦਿੰਦੇ ਆ ਤਾਂ ਵੀ ਬੱਚਾ ਇੱਕ ਚੁਰਾਹੇ ਤੇ ਖੜਾ ਹੈ ਕਿ ਉਹਨੂੰ ਕੋਈ ਡੈਸਟੀਨੇਸ਼ਨ ਉਹਦੀ ਕਲੀਅਰ ਨਹੀਂ ਆ ਤੇ ਜੇ ਅਸੀਂ ਕਹਿੰਨੇ ਆ ਕਿ ਉਹ ਬੱਚਾ ਫਿਲਹਾਲ ਜਿੱਦਾਂ ਧਰਨੇ ਦੇ ਰਿਹਾ ਜਾਂ ਉੱਥੇ ਪ੍ਰੋਟੈਸਟ ਕਰਦੇ ਆ ਤੇ ਉਹਦੇ ਵਿੱਚ ਵੀ ਸਾਨੂੰ ਅਜੇ ਫਿਲਹਾਲ ਤਾਂ ਕੋਈ ਨਜ਼ਰ ਨਹੀਂ ਆਉਂਦਾ ਚਲੋ ਇਹ ਗੱਲ ਹੈਗੀ ਆ ਕਿ ਅਸੀਂ ਇੱਧਰ ਕੰਪਲੇਂਟਸ ਕੀਤੀਆਂ ਜਾਂ ਅਸੀਂ ਨਿਊਜ਼ ਵਿੱਚ ਇਹ ਚੀਜ਼ ਆਈ ਹਾਈਲਾਈਟ ਹੋਈ ਤੇ মিডিਆ ਨੇ ਸਾਡਾ ਸਾਥ ਦਿੱਤਾ ਇਹਨੂੰ ਹਾਈਲਾਈਟ ਕੀਤਾ ਸਰਕਾਰਾਂ ਦੇ ਥੋੜਾ ਬਹੁਤ ਕਲੋ ਖੁੱਲ੍ਹ ਕਾਂਕੁੱਲੀਆਂ ਸਰਕਾਰਾਂ ਨੇ ਆਪਣੇ ਲੈਵਲ ਤੇ ਸਾਡੇ ਮੰਤਰੀਆਂ ਨੇ ਆਪਣੇ ਲੈਵਲ ਤੇ ਐਫਰਟਸ ਕੀਤੀਆਂ ਸਾਡੇ ਸੈਂਟਰ ਗਵਰਨਮੈਂਟ ਦੇ ਮਿਨਿਸਟਰਾਂ ਨੇ ਇਵਨ ਸਾਡੀ ਪੰਜਾਬ ਸਰਕਾਰ ਦੇ ਮਿਨਿਸਟਰਾਂ ਨੇ ਤੇ ਇਹਨਾਂ ਦੇ ਪ੍ਰੈਸ਼ਰਾਈਜ਼ ਕਰਨ ਕਾਰਨ ਥੋੜਾ ਬਹੁਤ ਕੈਨੇਡੀਅਨ ਗਵਰਨਮੈਂਟ ਹਿੱਲੀ ਆ ਕੁਝ ਉਹਨਾਂ ਨੇ ਆਪਣੀਆਂ ਅੱਖਾਂ ਖੋਲ੍ਹੀਆਂ ਤੇ ਜਸਟਨ ਟਰੂਡੋ ਨੇ ਅਸੀਂ ਜਦ ਸੁਣਿਆ ਕਿ ਕਹਿੰਦੇ ਸਟੇ ਕਰਤਾ ਹੋਇਆ ਆਰਡਰ ਫਿਲਹਾਲ ਕਿ ਡਿਪੋਰਟ ਨਹੀਂ ਕੀਤਾ ਜਾਊਗਾ ਬੱਚਿਆਂ ਨੂੰ ਸੁਣਿਆ ਜਾਊਗਾ ਤੇ ਜੇ ਉਹ ਇਹਨਾਂ ਨੂੰ ਅਸੈਪਟ ਕਰ ਲੈਂਦੇ ਫਾਈਲਸ ਨੂੰ ਕਿਉਂਕਿ ਇਹਨਾਂ ਨੂੰ ਅ ਸੈਪਟ ਕਰਨ ਦੇ ਕੋਲ ਸਾਡੇ ਕੋਲ ਜੈਨੂਇਨ ਰੀਜ਼ਨ ਆ ਕਿ ਜਿੰਨੇ ਵੀ ਬੱਚੇ ਆ ਉਹਨਾਂ ਬੱਚਿਆਂ ਦੇ ਪਾਰ ਤੇ ਕੀ ਫਾਲਟ ਆ ਉਹਨਾਂ ਬੱਚਿਆਂ ਨੇ ਕਿਹੜਾ ਕਰਾਇਮ ਕਮਿਟ ਕੀਤਾ ਬੱਚਿਆਂ ਨੇ ਪਲਾਸਫੀ ਡਾਕੂਮੈਂਟ ਦਿੱਤੇ ਜੈਨੂਇਨ ਬੱਚਿਆਂ ਨੇ ਹਾਈਲਾਈਟਸ ਕਲੀਅਰ ਕੀਤੀ ਜੈਨੂਨ ਹੁਣ ਜੇ ਮੈਂ ਆਪਣੀ ਬੇਟੀ ਦੀ ਗੱਲ ਕਰਾਂ ਨਾਇਨ ਬੈਂਡ ਲੈਣਾ ਇੱਕ ਸੁਪਨਾ ਹੀ ਰਹਿ ਜਾਂਦਾ ਲੋਕਾਂ ਦਾ ਤੇ ਮੇਰੀ ਬੱਚੀ ਨਾਇਨ ਬੈਂਡ ਲੈ ਕੇ ਗਈ ਆ 95% ਮਾਰਕਸ ਨੇ ਪਲੱਸ 2 ਚ ਲੈ ਆ ਤੇ ਜੇ ਬੱਚੇ ਦਾ ਪਲੱਸ 2 ਦਾ ਡਾਕੂਮੈਂਟ ਜਿਹੜਾ ਆ ਉਹ ਜੈਨੂਨ ਆ ਉਹਦੇ ਹਾਈਲਾਈਟਸ ਦੇ ਬੈਂਡ ਦਾ ਜਿਹੜਾ ਡਾਕੂਮੈਂਟ ਆ ਉਹ ਜੈਨੂਨ ਆ ਉਹਦੇ ਮੈਡੀਕਲ ਸਰਟੀਫਿਕੇਟਸ ਜੈਨੂਨ ਆ ਬੱਚੇ ਦਾ ਪਾਸਪੋਰਟ ਜੈਨੂਨ ਆ ਤਾਂ ਬੱਚੇ ਨੇ ਕੀ ਕ੍ਰਾਈਮ ਕਮਿਟ ਕੀਤਾ ਤੇ ਬੱਚੇ ਨੇ ਪਿਛਲੇ 7 ਸਾਲਾਂ 'ਚ ਕੋਈ ਵੀ ਇਕਵਾਲ ਜਿੰਨੀ ਵੀ ਕੋਈ ਏਦਾਂ ਦੀ ਐਕਟੀਵਿਟੀ ਉੱਥੇ ਕੀਤੀ ਜਿਹੜੀ ਅਗੇਂਸਟ ਲਾ ਸੀ ਜਿਹਨਾਂ ਨੇ ਨਹੀਂ ਕੀਤੀ ਤੇ ਬੱਚਿਆਂ ਦਾ ਕੀ ਕਸੂਰ ਆ ਬੱਚੇ ਤਾਂ ਖੁਦ ਵੀਿਕਟਮ ਆ ਜਿਹੜੀ ਨਾ ਪੈਸਾ ਲਾ ਕੇ ਜਿਨ੍ਹਾਂ ਦਾ ਫਿਊਚਰ ਹੈ ਜਿੰਸ ਕਿਓਰ ਤੇ ਵਿਿਕਟਮ ਲੋਗਾਂ ਨੂੰ ਪਨਿਸ਼ਤਾ ਨਹੀਂ ਕਰਨਾ ਚਾਹੀਦਾ ਕਿ ਗੈਨਾ ਪੈਨਿਸ਼ਮੈਂਟ ਉਹਨਾਂ ਨੂੰ ਮਿਲੇ ਨਾ ਜਿਨ੍ਹਾਂ ਨੇ ਕੀਤਾ ਜੇ ਮੰਨ ਲਓ ਸੀ ਕਿ ਨੇ ਵਰਜੇਸ਼ ਮਿਸ਼ਰਾ ਨੇ ਕੀਤਾ ਰਾਹੁਲ ਭਾਰਗਵ ਨੇ ਕੀਤਾ ਜਾਂ ਇਹਨਾਂ ਦੇ ਜਿਹੜੇ ਐਮਬੈਸੀ ਚ ਬੰਦੇ ਬੈਠੇ ਉਹਨਾਂ ਨੇ ਕੀਤਾ ਜਾਂ ਸ਼ੈਰੀਡਨ ਕਾਲਜ ਦੇ ਲੋਕਾਂ ਨੇ ਕੀਤਾ ਪਤਾ ਨਹੀਂ ਇਹ ਤਾਂ ਵੱਡਾ ਨੈਟਵਰਕ ਆ ਜਿਸ ਸਿੱਥੇ ਤੁਹਾਡਾ ਫੈਮਲੀਆ ਦੇ ਨਾਲ ਬਾਕੀਆਂ ਨਾਲ ਸੰਪਰਕ ਹੋਇਆ ਜਿਨ੍ਹਾਂ ਨੇ ਵਰਜੇਸ਼ ਉਹਨਾਂ ਤੋਂ ਫਾਈਲਾਂ ਲਗਵਾਈਆਂ ਸੀਗੀਆਂ ਜਿਨ੍ਹਾਂ ਦੇ ਬੱਚੇ ਇਸ ਸਮੇਂ ਉੱਥੇ ਪ੍ਰੋਟੈਸਟ ਤੇ ਨੇ ਜੀ ਬਾਕੀ ਇਸ ਤਰ੍ਹਾਂ ਹੈਗਾ ਕਿ ਮੇਰੇ 3-4 ਤਾਂ ਮੇਰੇ ਨੋਨ ਹੈਗੇ ਆ ਹਾਂ ਪਰ ਸਮੱਸਿਆ ਇਹ ਬਣੀ ਹੋਈ ਆ ਕਿ ਜਿਸ ਤਰ੍ਹਾਂ ਜਦੋਂ ਅਸੀਂ ਮੈਂ ਕੰਪਲੇਂਟ ਕੀਤੀ ਸੀ ਐਫ ਆਈ ਆਰ ਦਰਜ ਹੋਣ ਤੋਂ ਪਹਿਲਾਂ ਤੇ ਇਵਨ ਮੇਰੇ ਬ੍ਰਦਰ ਨੂੰ ਵੀ ਥ੍ਰੈਟਸ ਆਉਂਦੀਆਂ ਸੀ ਬ੍ਰਿਜੇਸ਼ ਮਿਸ਼ਰਾ ਥ੍ਰੈਟ ਕਰਦਾ ਸੀ ਕਿ ਜੇ ਮੈਂ ਤੁਹਾਡੇ ਬੱਚੇ ਨੂੰ ਜਲੰਧਰ ਤੋਂ ਚੱਕ ਕੇ ਕੈਨੇਡਾ ਚ ਪਹੁੰਚਾ ਸਕਦਾ ਨਾ ਤੇ ਇੱਦਾਂ ਹੀ ਮੈਂ ਉਹਨੂੰ ਵਾਪਸ ਵੀ ਬੁਲਾ ਸਕਦਾ ਤੇ ਤੁਸੀਂ ਕੰਪਲੇਂਟ ਵਾਪਸ ਲਓ ਨਹੀਂ ਤਾਂ ਬੇਟੀ ਤੁਹਾਡੀ ਕੱਲ ਤੁਹਾਡੇ ਦਰਵਾਜ਼ੇ ਤੇ ਹੋਊਗੀ ਤੇ ਜੇ ਇਹ ਥ੍ਰੈਟ ਸਾਨੂੰ ਆਈਆਂ ਤੇ ਨੈਚਰਲੀ ਦੂਜਿਆਂ ਨੂੰ ਵੀ ਆਉਂਦੀਆਂ ਹੋਣਗੀਆਂ ਤੇ ਮੈਂ ਤਾਂ ਚਲੋ ਪ੍ਰੋਫੈਸ਼ਨਲੀ ਮੈਂ ਲਾਇਰ ਆ ਮੇਰੇ ਹਸਬੰਡ ਵੀ ਲਾਇਰ ਆ ਅਸੀਂ ਦੋਨੋਂ ਡਿਸਟ ਤੇ ਅਸੀਂ ਹਿੰਮਤ ਰੱਖਦੇ ਆ ਠੀਕ ਹੈ ਸਾਨੂੰ ਕਾਨੂੰਨ ਪਤਾ ਸਾਨੂੰ ਆਪਣੇ ਜੁਡੀਸ਼ੀਅਲ ਸਿਸਟਮ ਤੇ ਵਿਸ਼ਵਾਸ ਆ ਤੇ ਸਾਨੂੰ ਇਦਾਂ ਹੀ ਕੈਨੇਡੀਅਨ ਗਵਰਨਮੈਂਟ ਤੇ ਵੀ ਵਿਸ਼ਵਾਸ ਆ ਉਹਨਾਂ ਦੇ ਜੁਡੀਸ਼ੀਅਲ ਸਿਸਟਮ ਤੇ ਵੀ ਵਿਸ਼ਵਾਸ ਆ ਇਸ ਕਰਕੇ ਅਸੀਂ ਵਿਸ਼ਵਾਸ ਕਰਕੇ ਚੱਲੇ ਆ ਕਿ ਨਹੀਂ ਅਸੀਂ ਆਪਣੇ ਪੱਖ ਤੇ ਦਸੀਏ ਅਸੀਂ ਕਿਸੇ ਨੂੰ ਦਸੀਏ ਤਾਂ ਸਹੀ ਸਾਡੇ ਬੱਚੇ ਨਾਲ ਕੀ ਹੋਇਆ ਹੁਣ ਕਈ ਬੱਚੇ ਪੇਰੈਂਟਸ ਆ ਉਹ ਨਹੀਂ ਐਫਰਟਸ ਕਰਦੇ ਬੱਚੇ ਉਹਨਾਂ ਨੂੰ ਡਰ ਲੱਗਦਾ ਕਿ ਅਸੀਂ ਇੱਥੇ ਆ ਸੱਤ ਸਮੁੰਦਰ ਪਾਰ ਸਾਡਾ ਬੱਚਾ ਸੜਕ ਤੇ ਬੈਠਾ ਹੋਇਆ ਪ੍ਰੋਟੈਸਟ ਕਰਦਾ ਪਿਆ ਜਾਂ ਬੱਚਾ ਆਪਣੇ ਕੰਮ ਤੇ ਜਾਂਦਾ ਪਿਆ ਜਾਂ ਬੱਚਾ ਆਪਣੇ ਘਰ ਚ ਬੈਠਾ ਹੋਇਆ ਤੇ ਇਹ ਕਿਤੇ ਬ੍ਰਿਜੇਸ਼ ਮਿਸ਼ਰਾ ਜਾਂ ਇਹਨਾਂ ਨਾਲ ਦੇ ਹੋਰ ਜਿਹੜੇ ਹਾਈ ਲਿੰਕ ਬੰਦੇ ਹੈਗੇ ਆ ਉਹ ਸਾਡੇ ਬੱਚੇ ਨੂੰ ਨੁਕਸਾਨ ਨਾ ਪਹਚਾਣ ਤੇ ਇਸ ਕਰਕੇ ਉਹ ਡਰਦੇ ਆ ਮੇਰੇ ਨਾਲ ਮੇਰੇ ਤੋਂ ਪਹਿਲਾਂ ਇੱਕ ਐਫਆਈਆਰ 47 ਨੰਬਰ ਵੀ ਦਰਜ ਹੋਈ ਆ ਡਿਵੀਜ਼ਨ ਨੰਬਰ 6 ਚ ਮੇਰੀ 55 ਨੰਬਰ ਆ 55 ਨੰਬਰ ਫਿਰ ਹੋਈ ਆ ਫਰੋਜ਼ਪੁਰ ਦੇ ਪੇਰੈਂਟਸ ਨੇ ਕਰਵਾਈ ਆ ਬਟ ਨੋ ਕੋਈ ਆਉਂਦਾ ਹੀ ਨਹੀਂ ਉਹ ਕਹਿੰਦੇ ਅਸੀਂ ਨਹੀਂ ਕਹਿਣ ਦੱਸਣਾ ਕੁਝ ਵੀ ਕਿਉਂਕਿ ਉਹਨਾਂ ਨੂੰ ਲੱਗਦਾ ਕਿ ਅਸੀਂ ਅੱਜ ਇਹਨਾਂ ਦੇ ਖਿਲਾਫ ਬੋਲਾਂਗੇ ਤੇ ਇਹਨਾਂ ਦੇ ਇੱਕ ਇੱਕ ਛੋਟੀ ਜੀ ਗੱਲ ਆ ਕਿ ਬ੍ਰਿਜੇਸ਼ ਮਿਸ਼ਰਾ ਇਕੱਲਾ ਮੇਰੇ ਬੱਚੇ ਨੂੰ ਇਥੋਂ ਕੈਨੇਡਾ ਨਹੀਂ ਪਹੁੰਚਾ ਸਕਦਾ ਤੇ ਮੇਰੇ ਬੱਚੇ ਨੂੰ ਕਿ 700 ਬੱਚਿਆਂ ਨੂੰ ਨਹੀਂ ਪਹੁੰਚਾ ਸਕਦਾ ਹੈਨਾ ਇਹਦਾ ਮਤਲਬ ਕੋਈ ਨਾ ਕੋਈ ਵੱਡਾ ਮਤਲਬ ਸਕੈਮ ਹੁੰਦਾ ਪਿਆ ਕੋਈ ਹਾਈ ਪ੍ਰੋਫਾਈਲ ਬੰਦੇ ਨਾਲ ਲਿੰਕਡ ਹੈ ਤੇ ਡਰ ਲੱਗਦਾ ਕਿ ਉਹ ਹਾਈ ਪ੍ਰੋਫਾਈਲ ਲਿੰਕਡ ਬੰਦੇ ਜਿਹੜੇ ਆ ਮੇਰੇ ਪਸ ਸਾਡੇ ਬੱਚੇ ਨੂੰ ਨੁਕਸਾਨ ਨਾ ਕਰ ਲੈ। ਅੱਛਾ ਬੱਚੇ ਹੁਣ ਕੀ ਕਹਿ ਰਹੇ ਨੇ ਕਿ ਕਿੰਨਾ ਕੁ ਸਮਾਂ ਹੋਰ ਉੱਥੇ ਪ੍ਰੋਟੈਸਟ ਚੱਲੇਗਾ ਕਿ ਰਿਟਨ ਦੇ ਵਿੱਚ ਆਰਡਰ ਦੀ ਵੇਟ ਕੀਤੀ ਜਾ ਰਹੀ ਹੈ ਕਿਉਂਕਿ ਵੈਸੇ ਤਾਂ ਸਰਕਾਰ ਨੇ ਕਹਿਤਾ ਕਿ ਅਸੀਂ ਪੱਖ ਸੁਣਾਂਗੇ। ਸਰ ਇਹ ਤਾਂ ਸਵਾਲ ਮੈਨੂੰ ਮਤਲਬ ਮਜ਼ਾਕੀਆ ਲੱਗਦਾ ਕਿਉਂਕਿ ਪ੍ਰੋਟੈਸਟ ਦੇ ਬੰਦਾ ਉਹ ਬੈੰਦਾ ਹੁੰਦਾ ਜਦ ਤੱਕ ਉਹਦੀ ਮੰਗ ਨਹੀਂ ਪੂਰੀ ਹੁੰਦੀ ਉਹ ਬੈਠਦਾ। ਠੀਕ ਹੈ ਤੇ ਉਹ ਅੱਜ ਹੀ ਖਤਮ ਹੋ ਜਵੇ ਜੇ ਉੱਥੋਂ ਦੀ ਸਰਕਾਰ ਕਹਿ ਦੇਵੇ ਕਿ ਤੁਹਾਡੀਆਂ ਪੀਆਰ ਦੀਆਂ ਫਾਈਲਾਂ ਜਿਹੜੀਆਂ ਔਨ ਮੈਰਿਟ ਅਗਰ ਕੋਈ ਹੋਰ ਚੀਜ਼ ਆ ਤੇ ਅਸੀਂ ਉਹ ਦੇਖਾਂਗੇ ਫੇਕ ਲੈਟਰ ਨੂੰ ਅਸੀਂ ਕੰਸੀਡਰ ਨਹੀਂ ਕਰਾਂਗੇ ਕਿਉਂਕਿ ਤੁਹਾਡਾ ਕਿਵੇਂ ਮੈਨੇਜ ਕਰ ਰਹੇ ਨੇ ਬੱਚੇ ਕਿਉਂਕਿ ਕੰਮ ਕਰ ਸਾਰਾ ਛੱਡ ਕੇ ਉੱਥੇ ਬੈਠੇ ਹੋਣਗੇ ਕੋਈ ਆ ਰਿਹਾ ਉੱਥੇ ਸਾਰ ਲੈਣ ਦੇ ਲਈ ਇਹਨਾਂ ਦੀ ਪੰਜਾਬ ਵਿੱਚ ਤੇ ਜਿਹੜਾ ਕੋਈ ਕਿਤੇ ਵੀ ਪ੍ਰੋਟੈਸਟ ਤੇ ਬਿੰਦਾ ਹੈ ਜੈਨੂਇਨ ਪ੍ਰੋਟੈਸਟ ਹੋਵੇ ਤੇ ਸਾਨੂੰ ਧਾਰਮਿਕ ਤੌਰ ਤੇ ਸਿਖਾਇਆ ਜਾਂਦਾ ਵੀ ਇਹਨਾਂ ਦੀ ਹੈਲਪ ਕਰਨੀ ਤੇ ਉਥੋਂ ਦੇ ਲੋਕ ਜਿਹੜੇ ਸਾਡੇ ਨਾਲ ਸਾਡੀਆਂ ਹੋਰ ਫੈਮਲੀਜ਼ ਆ ਪੰਜਾਬੀ ਫੈਮਲੀਜ਼ ਆ ਕੁਝ ਕੈਲੋ ਸਿੱਖ ਜਥੇਬੰਦੀਆਂ ਆ ਜਾਂ ਕੁਝ ਕੈਲੋ ਐਨ ਜੀਓਜ਼ ਹੈਗੀਆਂ ਉਹ ਬੱਚਿਆਂ ਦੀ ਹੈਲਪ ਕਰਦੀਆਂ ਪਈਆਂ ਤੇ ਉਹ ਉਹਨਾਂ ਦੀ ਹੈਲਪ ਨਾਲ ਹੀ ਬੱਚੇ ਸਰਵਾਈਵ ਕਰਦੇ ਪਏ ਆ ਕਿਉਂਕਿ ਬਿਨਾ ਵਰਕ ਪਰਮਿਟ ਤੋਂ ਜਾਂ ਬਿਨਾ ਐਕਸਟੈਂਸ਼ਨ ਤੋਂ ਉਹਨਾਂ ਕੰਮ ਕਰ ਪਾਉਂਦੇ ਆ ਨਾ ਉਹਨਾਂ ਕੋਲ ਇਨੀਫ ਮਨੀ ਆ ਉਹ ਕੁਝ ਅਸੀਂ ਹੈਲਪ ਕਰਦੇ ਪਈਆਂ ਕੁਝ ਉਹ ਐਨ ਜੀਓਜ਼ ਉੱਤੇ ਹੈਲਪ ਕਰਦੇ ਪਈਆਂ ਤੇ ਇਵਨ ਕੈਨੇਡਾ ਸਰਕਾਰ ਵੀ ਉਹਨਾਂ ਦੀ ਹੈਲਪ ਕਰਦੀ ਪਈ ਆ ਬਟ ਸਿਰਫ ਮਸਲਾ ਇਹ ਆ ਕਿ ਉਹਨਾਂ ਦਾ ਫਿਊਚਰ ਸਿਕਯੁਰ ਹੋਏ ਉਤੇ ਉਤੇ ਬਾਰੇ ਕੋਈ ਇੱਕ ਸਟਰੋਂਗ ਜਾਂ ਸੋਲਿਡ ਆਰਡਰ ਦੇ ਦੇਵੇ ਸਰਕਾਰ ਕਿਉਂਕਿ ਜੇ ਫੇਕ ਲੈਟਰ ਤਿਆਰ ਕਰਨੇ ਚ ਬੱਚੇ ਦਾ ਕੋਈ ਕੰਟਰੀਬਿਊਸ਼ਨ ਨਹੀਂ ਆ ਤੇ ਇਸ ਕਰਕੇ ਬੱਚਿਆਂ ਨੂੰ ਤਾਂ ਪਨਿਸ਼ਮੈਂਟ ਨਹੀਂ ਦੇਣੀ ਚਾਹੀਦੀ ਠੀਕ ਹੈ ਬੇਸ਼ੱਕ ਇਹ ਤੁਹਾਨੂੰ ਲੱਗਦਾ ਕਿ ਏਜੰਟਾ ਤੁਹਾਨੂੰ ਲੱਗਦਾ ਹਾਈ ਕਮਿਸ਼ਨ ਦੇ ਬੰਦੇ ਆ ਤੁਹਾਨੂੰ ਲੱਗਦਾ ਐਮਬੈਸੀਆਂ ਵਾਲੇ ਬੰਦੇ ਆ ਤੁਹਾਨੂੰ ਲੱਗਦਾ ਜਿਹੜੀਆਂ ਅਥਾਰਟੀਜ਼ ਨੇ ਅਥੈਂਟੀਫਿਕੇਸ਼ਨ ਦਿੱਤੀ ਆ ਉਹ ਹੈ ਜਾਂ ਜਿਨ੍ਹਾਂ ਨੇ ਅਪਰੂਵਲ ਦਿੱਤੀ ਉਹ ਹੈ ਤੇ ਠੀਕ ਹੈ ਜਿੱਥੇ ਵੀ ਲਿੰਕ ਚ ਹੈਗੇ ਇੱਕ ਦੇ ਬਜਾਏ 10 ਬੰਦਿਆਂ ਨੂੰ ਫੜੋ 100 ਨੂੰ ਫੜੋ ਪਰ ਜਿਹੜਾ ਗੁਨਾਹਗਾਰ ਆ ਉਹਨੂੰ ਪनिश्ड ਕਰੋ ਹਾਂਜੀ ਪੀੜ੍ਹੀ ਤਨੂੰ ਤਾਂ ਪनिश्ड ਨਾ ਕਰੀਏ ਨਾ ਬਿਲਕੁਲ ਬਿਲਕੁਲ ਠੀਕ ਹੈ ਧੰਨਵਾਦ ਗੱਲਬਾਤ ਕਰਨ ਦੇ ਲਈ ਸੋ ਇਹ ਇਹਨਾਂ ਦੀ ਭਤੀਜੀ ਹੈਗੀ ਹੈ ਜਿਹੜੀ ਕੈਨੇਡਾ ਦੇ ਵਿੱਚ ਇਸ ਸਮੇਂ ਪ੍ਰੋਟੈਸਟ ਕਰ ਰਹੇ ਨੇ ਕਿਉਂਕਿ ਇਹ ਸਾਰੀ ਜਾਣਕਾਰੀ ਦਿੱਤੀ ਹੈ ਕਿ ਕਿਵੇਂ ਇਥੋਂ 에ਜੰਟ ਦੇ ਕੋਲੋਂ ਇਹਨਾਂ ਨੇ ਫਾਈਲ ਲਗਵਾਈ ਸੀਗੀ ਪੂਰਾ ਜੈਨੂਇਨ ਤਰੀਕੇ ਦੇ ਨਾਲ ਆਪਣੇ ਵੱਲੋਂ ਇਹਨਾਂ ਨੇ ਪ੍ਰੋਸੈਸ ਕੀਤਾ ਸੀਗਾ ਪਰ 에ਜੰਟ ਦੇ ਵੱਲੋਂ ਜਿਹੜਾ ਉਹ ਫਰਾਉਡ ਕਰ ਦਿੱਤਾ ਜਾਂਦਾ ਤਾਂ ਇਸੇ ਕਾਰਨ ਉੱਤੇ ਬੱਚਿਆਂ ਦਾ ਫਿਊਚਰ ਜਿਹੜਾ ਉਹ ਦਾਤੇ ਲੱਗਾ ਹੋਇਆ ਤਾਂ ਇਸੇ ਕਾਰਨ ਕੈਨੇਡਾ ਦੇ ਵਿੱਚ ਬੱਚੇ ਟੈਸਟ ਕਰ ਰਹੇ ਨੇ ਮੰਗ ਕਰ ਰਹੇ ਨੇ ਕਿ ਉਹਨਾਂ ਨੂੰ ਰਿਪੋਰਟ ਨਾ ਕੀਤਾ ਜਾਏ ਕਿਉਂਕਿ ਉਸ ਨਾਰਾਪੁਿਕ ਆਪਣਾ ਲੈ ਕੇ ਕੈਨੇਡਾ ਦੇ ਵਿੱਚ ਆਏ ਸੀ ਕੈਮਰਾਮੈਨ ਸਾਗਰ ਦੇ ਨਾਲ ਮਨਪੀ ਸਿੰਘ ਕਾਲੂ ਜਗਬਣੀ ਟੀਵੀ ਜਲੰਧਰ